ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਕੰਬਾਈਨ ਦਾ ਉਹ ਟੁੱਟ ਗਿਆ ਉਹਦਾ ਸਾਰਾ, ਫਿਰ ਕਹਿੰਦਾ ਇੰਨਾ ਕੁ ਵੱਢਦਾ 2 ਕਿੱਲੇ ਸਾਰੀ, ਅਸੀਂ ਤਾਂ ਉੱਧਰ ਵੀ ਸਾਰੇ 80-90 ਕਿੱਲੇ ਆ ਸਾਰ, 3 ਸਾਲ ਹੋ ਗਏ ਸਾਨੂੰ ਕਦੇ ਅੱਗ ਨਹੀਂ ਲਾਈ। ਉਹ ਇਹ SMS ਟੁੱਟ ਗਿਆ ਜੀ, ਇਸ ਤਰ੍ਹਾਂ ਮਿਹਨਤਾਂ ਕਰ ਰਹੇ ਬਣਵਾ ਲਿਆ ਇਹ, ਦੀਪ ਨੇ ਕਿਸੇ ਨੇ ਨਹੀਂ ਬਣਾਇਆ ਉਹਦਾ, ਮਜਬੂਰੀ ਹੋ ਗਈ ਹੁਣ ਤਾਂ ਜੀ, ਅਸੀਂ ਪੈਸੇ ਲਾਉਂਦੇ ਨੀ ਗੇ, ਦੇਖੇ ਜਾਓ ਪਰਾਲੀ ਇਸ ਵੇਲੇ ਪੰਜਾਬ ਚ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਸਖਤੀ ਦੇ ਬਾਵਜੂਦ ਵੀ ਕਿਸਾਨ ਬਾਸ ਨਹੀਂ ਆ ਰਹੇ, ਇਹ ਤਸਵੀਰਾਂ ਨੇ ਜਗਰਾਉਂਦੀਆਂ। ਦਰਅਸਲ ਰਾਏਕੋਟ ਇਲਾਕੇ ਦੇ ਵਿੱਚ ਉੱਥੋਂ ਦੇ SDM ਗੁਜ਼ਰ ਰਹੇ ਸੀ, ਉਹਨਾਂ ਨੇ ਅਚਾਨਕ ਇੱਕ ਖੇਤ 'ਚ ਪਰਾਲੀ ਸੜਦੀ ਵੇਖੀ ਅਤੇ ਉਸੇ ਟਾਈਮ ਬ੍ਰੇਕ ਲਾ ਲਈ ਅਤੇ ਨਾਲ ਹੀ SHO ਨੂੰ ਵੀ ਮੌਕੇ 'ਤੇ ਬੁਲਾ ਲਿਆ। ਇਸ ਦੌਰਾਨ ਕਿਸਾਨ ਵੀ ਮੌਕੇ 'ਤੇ ਸੀ, ਉਸਨੇ ਕੀ ਜਵਾਬ ਦਿੱਤਾ ਇਹ ਵੀ ਤੁਹਾਨੂੰ ਸੁਣਾਉਂਦੇ ਹਾਂ। ਇਸ ਤੋਂ ਬਾਅਦ ਤੁਸੀਂ ਸੁਣੋ SDM ਨੇ ਕੀ ਕਾਰਵਾਈ ਕੀਤੀ। ਫਿਲਹਾਲ ਕਿਸਾਨ ਦੇ ਖਿਲਾਫ਼ ਮੁਕੱਦਮਾ ਵੀ ਦਰਜ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਉਸਦੇ ਖਿਲਾਫ਼ ਜੁਰਮਾਨਾ ਵੀ ਲਾਇਆ ਜਾ ਰਿਹਾ। ਤੁਸੀਂ ਆਪ ਹੀ ਵੇਖੋ ਪੂਰਾ ਮਾਮਲਾ। ਮੈਂ ਉੱਥੇ ਮੌਕੇ 'ਤੇ ਖੜਿਆ ਨੂਰਪੁਰੇ, ਅਤੇ ਉਹ ਆ ਨੂਰਪੁਰੇ ਬਾਠ ਫਾਰਮ ਦੇ ਨਾਲ ਸਾਡਾ ਕੌਣ ਹੈ, ਸਿਸਟਮ ਕੋਆਰਡੀਨੇਟਰ ਕੌਣ ਹੈ ਇੱਥੇ? ਇਹ ਮੈਡਮ ਰੁਪਿੰਦਰ ਕੌਰ ਜੀ। ਮੈਡਮ ਰੁਪਿੰਦਰ ਕੌਰ ਤੁਹਾਡੀ ਹੈ? ਹਾਂਜੀ ਸਰ। ਕੀ ਗੱਲ ਸਰ? ਅਸੀਂ ਕਿਤੇ ਵੀ ਨਹੀਂ ਲਾਈ ਸਾਰੇ ਹਜੇ ਤੱਕ, ਜਿੰਨਾ ਵਾਲੇ ਟਾਵੇਂ ਹਾਲ ਨਾ ਵਾਹਵਾ ਬੀਜਿਆ, SMS ਟੁੱਟ ਗਿਆ ਮਸ਼ੀਨ ਵਾਲੀ ਦਾ 2 ਕਿੱਲੇ 'ਚ। ਇੱਥੇ ਆਲੂ ਲਾਉਣੇ ਆ ਜੇ, ਕਣਕ ਬੀਜਣੀ ਹੁੰਦੀ ਜੀ ਫਿਰ ਸਾਡਾ ਚੱਲ ਜਾਣਾ। ਹਾਂਜੀ ਅਤੇ ਅੱਜ ਤੁਹਾਨੂੰ ਵੱਧਦੇ ਸੀ, 3 ਦਿਨ ਹੋ ਗਏ। ਤੁਹਾਡੀ ਸੁਸਾਇਟੀ 'ਚ ਹੈ ਨਹੀਂ ਇੱਥੇ, ਜਾਂ ਕੋਈ ਫਾਰਮਰ ਗਰੁੱਪ ਹੈ ਨਹੀਂ ਆਪਣੇ ਕੋਲ ਇੱਥੇ? ਨਹੀਂ ਜੀ, ਕੰਪੈਨ ਦਾ SMS ਟੁੱਟ ਗਿਆ ਜੀ। ਬਾਕੀ ਸਮਝ ਗਿਆ, ਤੁਹਾਡੇ ਕੋਲ ਇੱਥੇ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਹੋਰ ਹੈ ਨਹੀਂ ਜੀ ਆਪਣੇ ਕੋਲ? ਜੇ ਤਾਂ ਜੀ SMS ਨਾਲ ਕਣਕ ਮਸ਼ੀਨ ਨਾ ਵੱਢੀ ਹੋਵੇ ਫਿਰ ਉਹਦਾ ਹੱਲ ਸਾਡੇ ਕੋਲ ਸਾਰਾ ਆਪਦੇ ਕੋਲ ਹੱਲ ਹੈਗਾ ਜੀ। ਉਹ ਜਦੋਂ SMS ਟੁੱਟ ਗਿਆ ਜੀ ਫਿਰ ਉਹ ਪਰਾਲੀ ਸਾਰੀ ਇਕੱਠੀ ਸੜ ਦਿੰਦੀ। ਇਹਨੂੰ ਹੁਣ ਬਜਾਓ ਤੁਸੀਂ, ਹੁਣ ਆਪਾਂ ਲਗਾ ਕੇ ਥੋੜੀ ਰੱਖਣਾ? ਨਹੀਂ ਬਜਾ ਦਿੰਦੇ ਹਾਂ ਜੀ, ਸੋਰੀ। ਬਜਾਓ ਪਹਿਲਾਂ ਬਜਾਓ ਉਹਨੂੰ, ਕੋਈ ਲਾਓ ਲਿਆਓ ਨਾ, ਉਹ ਪਹਿਲਾਂ ਬਜਾਓ ਉਹਨੂੰ, ਲਗਾਈ ਦੇਣਾ। ਹਾਂ ਹਾਂ, ਤੰਬੇ ਤੋੜ। ਮੈਂ ਹਿਮਾਂਸ਼ੂ ਗੁਪਤਾ, SDM ਰਾਏਕੋਟ। ਸਰ ਯਹਾਂ ਪੇ ਨੂਰਪੁਰ ਗਾਉਂ ਮੇਂ ਆਗ ਲੱਗੀ ਹੋਈ ਹੈ, ਪਰਾਲੀ ਲੋਕ ਜਲਾ ਰਹੇ ਹੈਂ ਖੁੱਲ੍ਹੇਆਮ, ਕਿਆ ਕਹਿਣਾ ਚਾਹੇਂਗੇ ਆਪ ਮੌਕੇ ਪਰ ਆਏ ਹੈਂ? ਮੈਂ ਰਾਸਤੇ ਸੇ ਨਿਕਲ ਰਹਾ ਥਾ ਤੋ ਮੈਨੇ ਦੇਖਾ ਕਿ ਯਹਾਂ ਪੇ ਆਗ ਲੱਗੀ ਹੋਈ ਹੈ, ਤੋ ਮੈਂ ਰੁਕਾ ਤੋ ਹਮਾਰੇ SHO ਜੋ ਸੁਧਾਰ SHO ਪੜ੍ਹਤੇ ਹੈਂ, ਰਾਏਕੋਟ ਸਦਰ SHO ਪੜ੍ਹਤੇ ਹੈਂ, ਤੋ ਵਹੀਂ ਪੇ ਮੌਕੇ ਪੇ ਮੌਜੂਦ ਥੇ। ਯਹਾਂ ਪੇ ਦੇਖਨੇ ਪੇ ਪਤਾ ਚੱਲ ਰਹਾ ਹੈ ਕਿ ਤਕਰੀਬਨ 2 ਕਿੱਲੇ ਕੀ ਜ਼ਮੀਨ ਹੈ ਜਿਸਕੇ ਉੱਪਰ ਕਿਸਾਨ ਨੇ ਆਗ ਲਗਾਈ ਹੈ। ਜੋ ਲੋਕ ਯਹਾਂ ਪੇ ਮੌਜੂਦ ਹੈ ਉਨਕੋ ਆਗ ਬੁਝਾਨੇ ਕੇ ਲੀਏ ਡਾਇਰੈਕਟ ਕਰ ਦਿਆ ਗਿਆ ਹੈ। ਆਪਣੇ ਕਲਸਟਰ ਕੋਆਰਡੀਨੇਟਰ ਜੋ ਮੇਰੇ BDPO ਰਾਏਕੋਟ ਹੈ ਉਨਕੋ ਡਾਇਰੈਕਟ ਕਰ ਦਿਆ ਗਿਆ ਕਿ ਕੱਲ੍ਹ ਸੁਬਹ ਆ ਕੇ ਇਨਕਾ ਚਲਾਨ ਕਰ ਦਿਆ ਜਾਏਗਾ। ਚਲਾਨ ਹੋਗਾ ਜੀ ਸਰ, FIR ਵੀ ਦਰਜ ਹੋਇਆ ਹੈ। ਤਕਰੀਬਨ ਪੂਰੇ ਲੁਧਿਆਣਾ ਡਿਸਟ੍ਰਿਕਟ ਕੀ ਬਾਤ ਕਰੇ, ਤਕਰੀਬਨ 22 ਲੋਕੋਂ ਕੋ ਸ਼ਾਇਦ FIR ਦਰਜ ਹੋਈ ਹੈ, ਗ੍ਰਿਫਤਾਰੀ ਵੀ ਹੋਈ ਹੈ, ਤੋ ਇਨਕੇ ਉੱਪਰ ਕਿਆ FIR ਦਰਜ ਹੋਗਾ ਜਾਂ ਚਲਾਨ ਹੋਗਾ? ਜੀ ਬਿਲਕੁਲ ਬਿਲਕੁਲ, ਹਮਨੇ ਕੱਲ੍ਹ ਰਾਏਕੋਟ ਸਬ ਡਿਵੀਜ਼ਨ ਕੇ ਅੰਦਰ 6 FIR ਲੌਜ ਹੋਏ ਥੇ, ਔਰ ਉਸੀ ਤਰਜੀਹ ਕੇ ਉੱਪਰ ਜੈਸੇ ਜੈਸੇ ਹਮੇ ਇੰਸੀਡੈਂਟਸ ਮਿਲਤੇ ਜਾ ਰਹੇ ਉਨਕੇ ਅਗੇਂਸਟ ਚਲਾਨ ਔਰ FIRs ਐਜ਼ ਪਰ ਆਰਡਰਸ ਆਫ ਦੀ ਸੁਪਰੀਮ ਕੋਰਟ ਐਂਡ ਚੀਫ ਸੈਕਟਰੀ ਪੰਜਾਬ ਉਨਕੇ ਤਹਿਤ ਕੀਆ ਜਾ ਰਹਾ। ਖੋਇਆ ਪਿਆਰ ਵਾਪਸ ਪਾਏ, ਮਨਚਾਹੀ ਸ਼ਾਦੀ, ਗ੍ਰਹਿ ਕਲੇਸ਼ ਖਤਮ ਕਰਨੇ ਕੇ ਉਪਾਏ, ਕਾਰੋਬਾਰ ਮੇਂ ਹਾਨੀ, PR ਵਿਦੇਸ਼ ਯਾਤਰਾ, ਲੋਟਰੀ ਨੰਬਰ, ਮੁਠਕਰਨੀ ਵਸ਼ੀਕਰਨ, ਹਰ ਸਮੱਸਿਆ ਕਾ ਸਮਾਧਾਨ, ਬਸ ਫੋਨ ਉਠਾਏ ਔਰ ਸਕਰੀਨ ਪਰ ਦਿਖਾਏ ਨੰਬਰ ਪਰ ਫੋਨ ਘੁਮਾਏ, 9815705376। ਬਾਬਾ ਅਘੋਰੀਨਾਥ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਨ ਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ
जिस नूं चाहे उस नूं अपने वश च करो। लाटरी नंबर पाओ भावें 649 होवे जां लोटोमैक्स। धोखेबाज प्रेमी प्रेमिका सौतन दुश्मन नूं अपनी अखां सामने तड़फदा वेखो। 7082844949